ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਦੇ ਇਕਲੌਤੇ ਨਿਰਪੱਖ ਪੰਜਾਬੀ ਨਿਊਜ਼ ਚੈਨਲ ਦ ਪੰਜਾਬ ਟੀਵੀ ਦੇ ਵਿੱਚ ਮੈਂ ਜੱਜ ਸਿੰਘ ਚਾਹਲ ਤੁਹਾਡਾ ਸਭ ਦਾ ਸਵਾਗਤ ਕਰਦਾ। ਕੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਝੂਠ ਬੋਲ ਰਹੇ ਨੇ? ਜੀ ਹਾਂ, ਇਹ ਦਾਅਵਾ ਕੀਤਾ ਹੈ ਪੰਜਾਬ ਬੀਜੇਪੀ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ। ਉਹਨਾਂ ਦਾ ਕਹਿਣਾ ਹੈ ਕਿ ਜੋ ਮਨਪ੍ਰੀਤ ਸਿੰਘ ਬਾਦਲ ਕਹਿ ਰਹੇ ਨੇ ਕਿ 25 ਸਾਲ ਤੋਂ ਵੱਧ ਕੇਂਦਰ ਸਰਕਾਰ ਵੱਲੋਂ ਨਿਰਦੇਸ਼ ਨੇ ਕਿ 25 ਸਾਲ ਤੋਂ ਵੱਧ ਕਿਸੇ ਵੀ ਥਰਮਲ ਪਲਾਂਟ ਨੂੰ ਨਹੀਂ ਚਲਾਇਆ ਜਾ ਸਕਦਾ, ਇਹ ਸਭ ਮਨਪ੍ਰੀਤ ਸਿੰਘ ਬਾਦਲ ਝੂਠ ਬੋਲ ਰਹੇ ਨੇ। ਕੇਂਦਰ ਸਰਕਾਰ ਵੱਲੋਂ ਕੋਈ ਵੀ ਅਜਿਹਾ ਨਿਰਦੇਸ਼ ਨਹੀਂ ਦਿੱਤਾ ਗਿਆ। ਸਭ ਤੋਂ ਪਹਿਲਾਂ ਤੁਹਾਨੂੰ ਮਨਪ੍ਰੀਤ ਸਿੰਘ ਬਾਦਲ ਦਾ ਉਹ ਬਿਆਨ ਸੁਣਾ ਦਿੰਦੇ ਹਾਂ ਜਿਸ ਵਿੱਚ ਉਹ ਸਾਰੀ ਗੱਲ ਕੇਂਦਰ ਸਰਕਾਰ ਤੇ ਸੁੱਟਦੇ ਨਜ਼ਰ ਆ ਰਹੇ ਨੇ। ਇਹ ਜਿਹੜਾ ਬਠਿੰਡੇ ਦਾ ਥਰਮਲ ਪਲਾਂਟ ਸੀ, ਇੱਕ ਤਕਰੀਬਨ 43 ਸਾਲ ਪੁਰਾਣਾ ਹੋ ਚੁੱਕਿਆ ਹੈ। ਸੈਂਟਰਲ ਇਲੈਕਟ੍ਰਿਸਿਟੀ ਕਮਿਸ਼ਨ ਜਿਹੜੀ ਹੈ ਉਹ ਉਹਨਾਂ ਦੀ ਸਿਫਾਰਿਸ਼ਾਂ ਹੈ ਕਿ 25 ਤੋਂ ਬਾਅਦ ਕੋਈ ਪਲਾਂਟ ਜਿਹੜਾ ਚੱਲਣਾ ਨਹੀਂ ਚਾਹੀਦਾ। ਮਨਪ੍ਰੀਤ ਸਿੰਘ ਬਾਦਲ ਦੇ ਇਸੇ ਬਿਆਨ ਤੋਂ ਬਾਅਦ ਹੀ ਬੀਜੇਪੀ ਪ੍ਰਧਾਨ ਵਿਜੇ ਸਾਂਪਲਾ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਸਾਫ਼ ਸਾਫ਼ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਕੇਂਦਰ ਸਰਕਾਰ ਵੱਲੋਂ ਕਿਸੇ ਵੀ ਇਸੇ ਤਰ੍ਹਾਂ ਦਾ ਦਿਸ਼ਾ ਨਿਰਦੇਸ਼ ਨਹੀਂ ਦਿੱਤਾ ਗਿਆ। ਮਨਪ੍ਰੀਤ ਸਿੰਘ ਬਾਦਲ ਝੂਠ ਬੋਲ ਰਹੇ ਨੇ, ਆਪਣੀਆਂ ਕਮੀਆਂ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਦੇਖਿਏ, ਬਠਿੰਡਾ ਥਰਮਲ ਪਲਾਂਟ ਲਈ ਮੈਂ ਕਿਹਾ ਇਹ ਬੜਾ ਅਨਹੋਣੀ ਔਰ ਮੰਦਭਾਗੀ ਹੈ ਕਿ ਪੰਜਾਬ ਸਰਕਾਰ ਜਿਹੜੀ ਅੱਜ ਇਸ ਪੋਜੀਸ਼ਨ 'ਚ ਵੀ ਨਹੀਂ ਹੈ ਕਿ ਜਿਹੜੇ ਥਰਮਲ ਪਲਾਂਟ ਆਪਣੇ ਚਲਾਏ ਜਾਣ। ਔਰ ਬਹੁਤ ਸਾਰੀ ਜਗ੍ਹਾ ਤੇ ਮੈਨੂੰ ਕਿਸੇ ਪੱਤਰਕਾਰ ਵੀਰ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਕੇਂਦਰ ਵੱਲੋਂ ਨਿਰਦੇਸ਼ ਦਿੱਤੇ ਗਏ ਆ ਕਿ 25 ਸਾਲ ਪੁਰਾਣੇ ਜਿਹੜੇ ਉਹਨਾਂ ਨੂੰ ਜਿਹੜੇ ਬੰਦ ਕਰਨੇ। ਐਸਾ ਕੇਂਦਰ ਸਰਕਾਰ ਵੱਲੋਂ ਕੋਈ ਨਿਰਦੇਸ਼ ਨਹੀਂ ਦਿੱਤਾ ਗਿਆ। ਉਹ ਸਿਰਫ ਆਪਣੀ, ਕਿਉਂਕਿ ਇਸ ਵੇਲੇ ਕਾਬਲੀਅਤ ਹੈ ਨਹੀਂ, ਪੈਸੇ ਹੈ ਨਹੀਂ, ਔਰ ਆਪਣੀ ਕਮੀਆਂ ਨੂੰ ਛੁਪਾਉਣ ਦੇ ਲਈ ਉਹ ਇਦਾਂ ਦੇ ਬਹਾਨੇ ਲੱਭਦੇ ਆ। ਹਕੀਕਤ ਦੇ ਵਿੱਚ ਕੇਂਦਰ ਨੇ ਕਿਤੇ ਵੀ ਐਸੀ ਨਾ ਤਾਂ ਕਿਸੇ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ, ਨਾ ਕਿਸੇ ਨੂੰ ਨਿਰਦੇਸ਼ ਦਿੱਤੇ ਆ। ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦਾ ਮੁੱਦਾ ਹੁਣ ਲਗਾਤਾਰ ਪੰਜਾਬ ਵਿੱਚ ਭਖਦਾ ਜਾ ਰਿਹਾ ਹੈ। ਹੁਣ ਇਸ ਲੜਾਈ ਦੇ ਵਿੱਚ, ਇਸ ਸਿਆਸੀ ਲੜਾਈ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਕੁੱਦ ਪਏ ਨੇ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਦਾ ਕੰਮ ਹੁੰਦਾ ਲੰਬੀ ਸੋਚ ਲੈ ਕੇ ਚੱਲਣਾ ਅਤੇ ਅਸੀਂ ਮਸਾਂ ਪੰਜਾਬ ਨੂੰ ਬਿਜਲੀ ਸਰਪਲਸ ਸੂਬਾ ਬਣਾਇਆ ਸੀ, ਪਰ ਹੁਣ ਵੇਲੇ ਦੀ ਸਰਕਾਰ ਜੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਉਹ ਸਭ ਕੁਝ ਬੰਦ ਕਰਨ ਤੇ ਲੱਗੀ ਹੋਈ ਹੈ। ਕੀ ਮੈਂ ਇਹਦੇ 'ਚ ਕਹਾਂ? ਦੇਖੋ, ਅਸੀਂ ਬੜੀ ਮੁਸ਼ਕਲ ਨਾਲ ਸਰਪਲਸ ਕੀਤੀ ਸੀ ਬਿਜਲੀ, ਔਰ ਇੰਨੀ ਸਰਪਲਸ ਕੀਤੀ ਸੀ ਵੀ ਕਿਉਂਕਿ ਡਿਮਾਂਡ ਤਾਂ ਵੱਧਦੀ ਜਾਣੀ ਹੈ, ਕੋਈ ਤਾਂ ਇਹ ਨਹੀਂ ਵੀ ਜਿਹੜੀ ਅੱਜ ਡਿਮਾਂਡ ਆ ਅਗਲੇ ਸਾਲ 10% ਹੋਰ ਡਿਮਾਂਡ ਵੱਧ ਜਾਣੀ ਹੈ। ਇਸ ਕਰਕੇ ਅਸੀਂ ਤਾਂ 50 ਜਿਹੜਾ ਗੌਰਮੈਂਟ ਹੁੰਦੀ ਆ ਉਹਨਾਂ ਨੂੰ 50 ਸਾਲ ਤੱਕ ਵੀ ਸੋਚਣਾ ਚਾਹੀਦਾ ਵੀ ਆਪਣੀ ਕੀ ਲੋੜ ਹੋਊਗੀ, ਸੜਕਾਂ ਕਿਵੇਂ ਚੌੜੀਆਂ ਕਰਨੀਆਂ ਹੈ, ਅਸੀਂ ਬਿਜਲੀ ਦਾ ਕਿਵੇਂ ਬੰਦੋਬਸਤ ਕਰਨਾ ਹੈ। ਅਤੇ ਅਸੀਂ ਤਾਂ ਲੰਮੀ ਸੋਚ ਸੋਚ ਕੇ ਹੁਣ ਇਹ ਆਦੇ ਵੀ ਸਿਰਫ ਮਨਪ੍ਰੀਤ ਸਿੰਘ ਬਾਦਲ ਹੀ ਨਹੀਂ, ਕਾਂਗਰਸ ਦੇ ਸਾਰੇ ਲੀਡਰ, ਇਸ ਵੇਲੇ ਦੀ ਸਰਕਾਰ ਦੇ ਸਾਰੇ ਲੀਡਰ ਹੀ ਇਸ ਮੁੱਦੇ ਨੂੰ ਕੇਂਦਰ ਸਰਕਾਰ ਤੇ ਸੁੱਟਣ ਤੇ ਲੱਗੇ ਹੋਏ ਨੇ। ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਨੇ ਵੀ ਕੁਝ ਅਜਿਹਾ ਹੀ ਬਿਆਨ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪਿਛਲੀ ਸਰਕਾਰ ਦੇ 10 ਸਾਲਾਂ ਦੇ ਵੇਲੇ ਪੰਜਾਬ ਨੂੰ ਬਹੁਤ ਨੁਕਸਾਨ ਝੱਲਣਾ ਪਿਆ ਕਿਉਂਕਿ ਕੇਂਦਰ ਸਰਕਾਰ ਨੇ ਪੰਜਾਬ ਤੱਕ ਕੋਲਾ ਪਹੁੰਚਣ ਹੀ ਨਹੀਂ ਦਿੱਤਾ। ਸੰਪਲਾ ਜੀ ਦੇ ਕੋਲ ਆ ਸੈਂਟਰ ਦੇ ਬਾਜ਼ਾਰ 'ਚ, ਉਹਨਾਂ ਨੂੰ ਪੁੱਛੋ ਵੀ ਪਿਛਲੇ ਸਾਲ 'ਚ ਕਿੰਨਾ ਨੁਕਸਾਨ ਹੋਇਆ ਥਰਮਲ ਪਲਾਂਟਾਂ 'ਚ, ਕਿਉਂ ਨੁਕਸਾਨ ਹੋਇਆ? ਕਿਉਂਕਿ ਜਿਹੜੇ ਕੋਲ ਮਾਈਨਸ 'ਚ ਕੋਲਾ ਆਉਣਾ ਸੀ ਉਹ ਸੈਂਟਰ ਸਰਕਾਰ ਨੇ ਕੋਲਾ ਜਿਹੜਾ ਭੇਜਿਆ ਨਹੀਂ, ਕਿੰਨਾ ਨੁਕਸਾਨ ਹੋਇਆ ਸਾਡਾ ਪੰਜਾਬ ਦਾ। ਇੱਕ ਪਾਸੇ ਜਿੱਥੇ ਬਠਿੰਡਾ ਦੇ ਥਰਮਲ ਪਲਾਂਟ ਨੂੰ ਬੰਦ ਕਰਨ ਤੇ ਸਾਰੇ ਮੁਲਾਜ਼ਮ ਸੜਕਾਂ ਤੇ ਆਉਣ ਦੀ ਗੱਲ ਕਰ ਰਹੇ ਨੇ ਅਤੇ ਸੰਘਰਸ਼ ਦਾ ਰਾਹ ਉਹਨਾਂ ਨੇ ਅਖਤਿਆਰ ਕੀਤਾ ਹੋਇਆ, ਉਧਰ ਕਾਂਗਰਸ ਸਰਕਾਰ ਲਗਾਤਾਰ ਇਹ ਦਾਅਵੇ ਕਰ ਰਹੀ ਹੈ ਕਿ ਕਿਸੇ ਵੀ ਵਰਕਰ ਨੂੰ ਬੇਰੁਜ਼ਗਾਰ ਨਹੀਂ ਕੀਤਾ ਜਾਵੇਗਾ, ਉਹਨਾਂ ਨੂੰ ਬਰਖਾਸਤ ਨਹੀਂ ਕੀਤਾ ਜਾਵੇਗਾ, ਸਗੋਂ ਬਠਿੰਡੇ ਵਿੱਚ ਹੀ ਉਹਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਇਆ ਜਾਵੇਗਾ। ਰਵਨੀਤ ਸਿੰਘ ਬਿੱਟੂ ਦਾ ਵੀ ਕਹਿਣਾ ਹੈ ਕਿ ਜੋ ਨੌਕਰੀ ਉਹਨਾਂ ਦੀ ਇਸ ਥਰਮਲ ਪਲਾਂਟ ਦੇ ਵਿੱਚ ਸੀ ਉਸੇ ਨੌਕਰੀ ਤੇ ਉਹਨਾਂ ਨੂੰ ਦੁਬਾਰਾ ਕਾਬਜ਼ ਦੁਬਾਰਾ ਉਹਨਾਂ ਨੂੰ ਐਡਜਸਟ ਕੀਤਾ ਜਾਏਗਾ। ਜੇਕਰ ਕੋਈ ਸਰਕਾਰੀ ਨੌਕਰੀ ਤੇ ਹੈ ਤਾਂ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੇ ਜਾਣਗੇ।
ਹੈਗੀਆਂ ਅਤੇ ਜੇਕਰ ਕੋਈ ਠੇਕਾਦਾਰੀ ਸਿਸਟਮ 'ਤੇ ਹੈ ਤਾਂ ਉਸਨੂੰ ਠੇਕੇ 'ਤੇ ਜ਼ਰੂਰ ਰੱਖਿਆ ਜਾਏਗਾ। ਉਹਨਾਂ ਵਰਕਰਾਂ ਨੂੰ ਚਿੰਤਾ ਕਰਨ ਦੀ ਕੋਈ ਵੀ ਲੋੜ ਨਹੀਂ ਹੈ, ਪਰ ਵਰਕਰਾਂ ਨੂੰ ਇਹਨਾਂ ਦੀਆਂ ਗੱਲਾਂ 'ਤੇ ਕੋਈ ਵੀ ਯਕੀਨ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਝੂਠਾਂ ਦੀ ਸਰਕਾਰ ਹੈ, ਆਪਣੇ ਗੱਲਾਂ ਕਰਕੇ ਸਰਕਾਰ ਮੁੱਕਰ ਜਾਂਦੀ ਹੈ, ਇਸ ਕਰਕੇ ਅਸੀਂ ਇਸ ਪਿੱਛੇ ਸੰਘਰਸ਼ ਕਰਾਂਗੇ। ਉਹਨਾਂ ਨੇ ਹਾਈ ਕੋਰਟ ਵੱਲ ਦਾ ਰੁਖ ਕੀਤਾ ਹੋਇਆ, ਹੁਣ ਦੇਖਣਾ ਇਹ ਹੈ ਕਿ ਹਾਈ ਕੋਰਟ ਇਸ ਮਾਮਲੇ 'ਤੇ ਕੀ ਰਿਐਕਸ਼ਨ ਦਿੰਦਾ ਹੈ। ਪਰ ਜੇਕਰ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਝੂਠ ਬੋਲਿਆ, ਜਿਵੇਂ ਕਿ ਵਿਜੇ ਸਾਂਪਲਾ ਦਾ ਕਹਿਣਾ ਹੈ, ਤਾਂ ਇਹ ਬਹੁਤ ਸ਼ਰਮ ਵਾਲੀ ਗੱਲ ਹੈ, ਬਹੁਤ ਗਲਤ ਗੱਲ ਹੈ। ਕਿਉਂ ਪੰਜਾਬ ਦੇ ਲੋਕਾਂ ਨੂੰ ਸ਼ਰੇਆਮ ਝੂਠ ਬੋਲ ਕੇ ਮੂਰਖ ਬਣਾਇਆ ਜਾ ਰਿਹਾ ਹੈ? ਅਸਲ ਵਿੱਚ ਇਸ ਦੇ ਪਿੱਛੇ ਦੀ ਸਾਰੀ ਸੱਚਾਈ ਕੀ ਹੈ, ਇਹ ਤਾਂ ਬਾਅਦ ਵਿੱਚ ਹੀ ਪਤਾ ਚੱਲੇਗਾ। ਪਰ ਹੁਣ ਅਸੀਂ ਤੁਹਾਡੇ ਤੋਂ, ਪੰਜਾਬ ਦੇ ਲੋਕਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਨੂੰ ਵਿਜੇ ਸਾਂਪਲਾ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਵਿੱਚੋਂ ਕਿਸ ਦੀ ਗੱਲ ਸੱਚੀ ਲੱਗਦੀ ਹੈ, ਤੁਹਾਡੀ ਇਸ ਬਾਰੇ ਕੀ ਰਾਏ ਹੈ, ਇਸ ਵੀਡੀਓ 'ਤੇ ਕਮੈਂਟ ਕਰਕੇ ਤੁਸੀਂ ਆਪਣੀ ਰਾਏ ਖੁੱਲ੍ਹ ਕੇ ਦੇ ਸਕਦੇ ਹੋ। ਜੇਕਰ ਤੁਸੀਂ ਦ ਪੰਜਾਬ ਟੀਵੀ ਨਿਊਜ਼ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਅਤੇ ਤੁਸੀਂ ਪੰਜਾਬ ਦੀ ਹਰ ਅਹਿਮ ਖਬਰ ਦੀ ਸੱਚਾਈ ਤੋਂ ਜਾਣੂ ਰਹਿਣਾ ਚਾਹੁੰਦੇ ਹੋ, ਤਾਂ ਇਸ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਅਤੇ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਫੇਸਬੁੱਕ 'ਤੇ ਸਾਡਾ ਦ ਪੰਜਾਬ ਟੀਵੀ ਨਾਮ ਦਾ ਪੇਜ ਵੀ ਹੈ, ਉਸ ਨੂੰ ਵੀ ਜ਼ਰੂਰ ਲਾਈਕ ਕਰ ਲੈਣਾ ਤਾਂ ਜੋ ਤੁਸੀਂ ਪੰਜਾਬ ਦੀ ਕੋਈ ਵੀ ਖਬਰ ਮਿਸ ਨਾ ਕਰ ਸਕੋ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਦ ਪੰਜਾਬ ਟੀਵੀ, ਹਰ ਖਬਰ ਦਾ ਸੱਚ।